और दीपो हाँ जी, ले आ चा पानी जरा। ले आओ निया। अब फतेह कितने यार, फतेह नहीं देगा यार। फतेह नू ट्यूशन ते भेजा हूं, इना रोंदा रोंदा गया ना, कहंदा मम्मी मैं ट्यूशन ते जाना ही नहीं। आ लो चा। क्यों की गल? और हुण मैं मम्मी नू भेजा नाल, मैं कहा मम्मी तुसी जाओ इहदे नाल, फिर तुहाडे करके 2 घंटे पढ़ दूंगा। बहुत ज्यादा रोंदा यार। ओ चल तू फिक्र ना कर, अब वाहिगुरु कृपा करे गांह नू जोड़ी होजूगी। ओ बाबा थोड़े मूरे हाथ बने, मेरे तो नहीं ये कुछ हुंदा बारी बारी। बारी बारी किड्डी गल है यार, बाप पूरी देख लै। पहला 5 भाई थी, असी 2 भाई सी। अब बड़े ने बेबे नू दित्ती नहीं रोटी, तो हुण सुख नाल बेबे रोटी अपने घरे तां खांदी है। कामली है जे एक जवाक रोटी नहीं दूगा, दूजा तो दे दूगा। नाले आपां नू कड़ा कोई इह है वी कुड़ी होवे मुंडा होवे, जिहड़ा मर्जी कुछ हो जाए। गल सुनो, जे रोटी एक ने देनी है ना तां दे देनी आ, ते जे नहीं देनी फिर चारा ने बनी देनी। इह आपदे दिमाग चो ना कढ के रखो, मोड़ घोड़ के ना उत्थे ना आ जाया करो बार बार। पता नहीं कित्थों सिख के आए आ। ओ कमली ये जी लगे रहना जवाकां नाल, एक जवाक बेचारा बलूर है, ओ किहदे नाल खेडूगा? ओरे 2 जवाक होणगे आपस विच खेडी जाणगे, नाले बेबे बापू दा जी लगे रहू, नाले अपना जी लगे रह करूगा। लै खेडी तां जाणगे। ओ देख लो, प्रधानमंत्री नरेंद्र मोदी ने भी ये गल कही आ वी जे एक बच्चे तो वध बच्चा किसी ने जम्मिया ना तां मैं जुर्माना ला दूंगा। दसो फिर मैं दस, नरेंद्र मोदी साला मेरा बचोला दी विच मुड़ कुड़ के पिछले खड़ा कर देने। तू मेरी गल सुन लो, आपका दिमाग ना सेट रखो, ठीक है ना? मेरे तो नहीं ये सब कुछ हुंदा गा। जवाक जमने किन्नी किड्डी वड्डी गल है, किन्ना कोखा जवाक जमना। हाँ तुहानू औखा नहीं लगता सब कुछ? जे नहीं औखा लगता ना तां तुसीं जम के दिखाओ मैनू, फिर मैं देखदी आं वी किवें तुहानू पता लगदा। ओए कामलीए, जिवें परमात्मा ने सृष्टि साजी है उवें चलना पैंदा है। ਜਿਵੇਂ ਬੰਦੇ ਖੇਤਾਂ 'ਚ ਕੰਮ ਕਰਦੇ ਨੇ, ਜਨਾਨੀਆਂ ਘਰਾਂ 'ਚ ਕੰਮ ਕਰਦੀਆਂ ਨੇ। ਮੈਂ ਰਾਤ ਨੂੰ ਮੋਟਰ 'ਤੇ ਪਾਣੀ ਲਾ ਜਾ ਸਕਦਾ, ਤੂੰ ਕਿਵੇਂ ਜਾ ਸਕਦੀ ਹੈ? ਤੂੰ ਘਰ ਦੇ ਕੰਮ ਕਰ ਸਕਦਾ, ਮੈਂ ਖੇਤਾਂ ਦੇ ਕੰਮ ਕਰ ਸਕਦਾ। ਜਿਵੇਂ ਪਰਮਾਤਮਾ ਨੇ ਸ੍ਰਿਸ਼ਟੀ ਸਾਜਤੀ, ਚੱਲਣਾ ਤਾਂ ਉਵੇਂ ਹੀ ਪੈਣਾ ਹੈ। ਤੂੰ ਤਾਂ ਪਾਗਲ ਗੱਲਾਂ ਕਰੀ ਜਾਂਦੀ ਹੈ। ਪਾਗਲ ਮੈਂ ਨਹੀਂ ਹੈਗੀ, ਪਾਗਲ ਤੁਸੀਂ ਹੋ ਜਿਹੜੇ ਹਾਂ ਮੈਨੂੰ ਮੋੜ ਘੋੜ ਕੇ ਹੁਣ ਦੁਬਾਰਾ ਸਿਖਾਉਣ ਆ ਗਏ। ਇੱਕ ਬੱਚਾ ਹੋਰ ਜੰਮ ਲਾ, ਇੱਕ ਬੱਚਾ ਹੋਰ ਜੰਮ ਲਾ, ਠੀਕ ਆ ਨਾ? ਮੇਰੇ ਤੋਂ ਨਹੀਂ ਬਾਬਾ ਇੰਨੀਆਂ ਦਰਦਾਂ ਬਰਦਾਸ਼ਤ ਹੁੰਦੀਆਂ, ਮੇਰੇ ਤੋਂ ਇੰਨੀ ਤਕਲੀਫ 9 ਮਹੀਨੇ ਜਿਹੜੀ ਕੱਟਣੀ ਪੈਂਦੀ ਹੈ ਨਾ ਜਨਾਨੀ ਨੂੰ, ਉਹ ਜਨਾਨੀ ਜਾਣਦੀ ਆ। ਤਾਂ ਮੇਰੇ ਸਾਲੇ ਦੇ ਤੇਰਾ ਤਾਂ ਸੱਪ ਹੀ ਰਹਿਦਾ ਸਰਦਾ, ਜਦੋਂ ਚੁੱਪ ਹੁੰਦੀਆਂ ਹੁੰਦੀਆਂ। ਕਰਕੇ ਹਾਂ ਫਾਲਤੂ ਨਾ ਬੋਲੋ, ਸਾਨੂੰ ਪਤਾ ਹੈ ਸਾਨੂੰ ਕਿੰਨਾ ਕੁਝ ਬਰਦਾਸ਼ਤ ਕਰਨਾ ਪੈਂਦਾ। ਹਾਏ ਵੀ ਪੁੱਤ, ਤੁਹਾਡਾ ਬਣੂੰਗਾ ਕੀ? ਆ ਹਰ ਰੋਜ਼ ਸਾਰੇ ਗੁਆਂਢੀ ਤਮਾਸਾ ਦੇਖਦੇ ਨੇ, ਤੁਸੀਂ ਤਾਂ ਮੇਰੇ ਖੇ ਪਾ ਦਿੱਤੀ ਸਿੱਖ। ਤੁਹਾਡਾ ਬਣੂੰਗਾ ਕੀ? ਰੋਜ਼ ਦਾ ਹੀ ਕੰਜਰਖਾਨਾ ਰੱਖਦੇ ਤੁਸੀਂ ਤਾਂ। ਉਹ ਬੇਬੇ, ਮੈਂ ਕਹਿੰਦਾ ਇਹਨੂੰ 10-15 ਜਵਾਕ ਜੰਮਣ ਨੂੰ ਕਹਿਣਾ। ਮੈਂ ਤਾਂ ਇਹ ਕਿਹਾ ਵੀ ਚੱਲ ਇੱਕ ਜਵਾਕ ਹੋਰ ਹੋ ਜਾਊਗਾ, ਆ ਫਤਿਹ ਦਾ ਜੀ ਲੱਗਿਆ ਰਿਹਾ ਕੋਈ, ਨਾਲੇ ਜੀ ਆਪਣਾ ਘਰੇ ਲੱਗਿਆ ਕਰੂਗਾ, ਤੂੰ ਆ ਜਵਾਕ ਦੀ ਜੋੜੀ ਬਣ ਜੂਗੀ। ਨਾ ਪੁੱਤ ਰਹਿਣ ਦੇ, ਤੂੰ ਕੀ ਮੰਗਦਾ ਜੋੜੀ ਬਣਾਉਣ ਤੋਂ? ਆ ਤੁਸੀਂ ਵੀ ਤਾਂ ਜਵਾਕ ਜੰਮੀ ਨੇ। ਪੁੱਤ ਅੱਗੇ ਜਵਾਨਾ ਹੋਰ ਸੀ, ਅਸੀਂ ਤਾਂ ਖੜੀਆਂ ਖੜੀਆਂ ਗਲਾਸ ਘਿਓ ਦਾ ਪੀ ਜਾਂਦੀਆਂ ਸੀ, ਇੰਨਾ ਨਾ ਕੁਛ ਖਾਂਦੀਆਂ ਸੀ ਤਾਂ ਹੀ ਜੰਮ ਲੈਂਦੀਆਂ ਸੀ। ਸਾਡੀ ਬੇਬੇ ਨੇ 9 ਜੰਮੇ ਸੀ, ਇਹਨੇ ਕਿੱਥੇ ਜੰਮਣੇ ਨੇ? ਇਹਨੇ ਖਾਣੇ ਕੁਰਕਰੇ, ਕਿੱਥੋਂ ਬੱਚੇ ਜੰਮ ਦੂਗੀ? ਇੱਕ ਜੰਮ ਤਾਂ ਇੱਕੋ ਹੀ ਬਹੁਤ ਹੈ ਪੁੱਤ। ਪਤਾ ਕੀ ਗੱਲ ਹੈ, ਇਹਦਾ ਬਾਪ ਪੁੱਛਾ ਦਿੰਦਾ ਹੈ, ਕੁਛ ਨਾ ਕੁਛ ਕਰਾ ਲਿਆਊਗੀ, ਤੈਨੂੰ ਬੋਲਾ ਕਮਲਾ ਕਰ ਦੂਗੀ, ਮੈਂ ਕਿੱਥੋਂ ਪੁੱਤ ਲਊਂਗੀ ਫਿਰ? ਉਹ ਬੇਬੇ ਉਹੀ ਤਾਂ ਤੈਨੂੰ ਮੈਂ ਕਹਿਣਾ, ਇਹਦਾ ਬਾਪ ਤਾਂ ਬਣਦਾ ਫਿਰਦਾ ਜੋੜੀਆਂ। ਕਿਸੇ ਨੂੰ ਕਹਿੰਦੇ ਤੇਰੇ 4 ਜਵਾਕ ਹੋ ਜਾਣਗੇ, ਕਿਸੇ ਨੂੰ ਕਹਿੰਦੇ ਤੇਰੇ 2 ਜਵਾਕ ਹੋ ਜਾਣਗੇ। ਆ ਇਹ ਜਿਹੜੀ ਕੁੜੀ ਇੱਕ 'ਚ ਚੀਕ ਮਾਰ ਗਈ, ਕਹਿੰਦੀ ਮੈਂ ਨਹੀਂ ਹੋਰ ਜੰਮਦੀ ਇੱਕ। ਪੁੱਤ ਬਹੁਤ ਐਕਸ, ਇੱਕੋ ਹੀ ਫਤਿਹ ਹੀ ਬਹੁਤ ਐਕਸ, ਤੂੰ ਰਹਿਣ ਦੇ। ਜੇ ਤੈਨੂੰ ਬੋਲਾ ਕਮਲਾ ਕਰਤਾ ਮੈਂ ਕੀ ਕਰੂੰਗੀ, ਮੈਂ ਕਿੱਥੋਂ ਪੁੱਤ ਲੱਭੂੰਗੀ ਆਪਣਾ? ਚੱਲ ਠੀਕ ਆ ਬੇਬੇ, ਨਾ ਨਾ ਤੂੰ ਹੋਰ ਇਸ ਆਪੇ ਖੜੇ ਕਰੀ ਜਾਂਦੀ। ਆ ਗਏ ਮੰਮੀ ਤੁਸੀਂ? ਹਾਂ ਪੁੱਤ ਆ ਗਈ, ਠੀਕ ਆ। ਰੋਂਦਾ ਤਾਂ ਨਹੀਂ ਸੀ ਫਤਿਹ? ਕਿੱਥੇ ਨਹੀਂ, ਹੁਣ ਤਾਂ ਜੀ ਲੱਗ ਗਿਆ ਸੀ ਉਹਦਾ, ਪੜ੍ਹਨ ਲੱਗ ਗਿਆ ਸੀ। ਮੈਡਮ ਕਹਿੰਦੀ ਕੋਈ ਨਾ ਮੈਂ ਪੜ੍ਹਾਉਣੀ ਆ, ਤੁਸੀਂ ਵਗ ਜਾਓ, ਤੇ ਮੈਂ ਤਾਂ ਅੱਖ ਜੀ ਬਚਾ ਕੇ ਲੰਘਿਆ ਹੀ ਪੁੱਤ। ਚੱਲ ਵਧੀਆ ਕੀਤਾ। ਅੱਛਾ ਮੰਮੀ ਮੇਰੀ ਗੱਲ ਸੁਣੋ, ਅੱਜ ਨਾ ਕੋਈ ਸਬਜ਼ੀ ਵਾਲਾ ਨਹੀਂ ਆਇਆ ਤੇ ਤੁਸੀਂ ਸਬਜ਼ੀ ਲਿਆਓ ਜਾ ਕੇ ਬਾਜ਼ਾਰ ਤੋਂ। ਕੋਈ ਨਾ ਪੁੱਤ, ਲੈ ਆਵਾਂਗੇ ਸਬਜ਼ੀ। ਹਾਂ ਤੂੰ ਮੈਨੂੰ ਪਾਣੀ ਦਾ ਗਲਾਸ ਦੇ, ਮੈਂ ਤਾਂ ਥੱਕੀ ਪਈ ਆ। ਲਿਆਉਣੀ ਆ ਪੜ੍ਹੀ ਲਿਖੀ ਆ, ਆ ਰੋਜ਼ ਦਾ ਕੰਜਰਖਾਨਾ ਨਾ ਕਰਿਆ ਕਰੋ। ਆ ਕੰਧਾਂ ਨੂੰ ਵੀ ਸੁਣਦੇ ਨੇ ਗਵਾਂਢੀ, ਕੰਧਾਂ ਨੂੰ ਕੰਨ ਲਾ ਲਾ ਕੇ ਸੁਣਦੇ ਨੇ ਆਪਣੀਆਂ ਗੱਲਾਂ। ਓ ਮੰਮੀ ਮੇਰੀ ਇੱਕ ਮਿੰਟ ਗੱਲ ਸੁਣੋ, ਆ ਇੰਦਰ ਪਤਾ ਨਹੀਂ ਕਿੱਥੋਂ ਨਵਾਂ ਭੂਤ ਸਵਾਰ ਖੜਾ ਕਰੀ ਬੈਠਾ ਹੁਣ। ਪਤਾ ਕੀ ਕਹਿੰਦਾ? ਕਹਿੰਦਾ ਕਿ ਇੱਕ ਫਤਿਹ ਹੈਗਾ, ਅਖੇ ਇੱਕ ਬੱਚਾ ਆਪਾਂ ਹੋਰ ਲਿਆਉਂਦੇ ਹਾਂ। ਪਹਿਲਾਂ ਕਮਾਈਆਂ ਕਿਤੇ ਸੌਖੀਆਂ ਨੇ, ਮਸਾਂ ਘਰ ਚੱਲਦੇ ਨੇ, ਹੈ ਨਾ? ਮੈਂ ਉਹਨੂੰ ਇਹ ਗੱਲ ਆਖੀ ਆ ਵੀ ਚੱਲ ਫਤਿਹ ਹੈਗਾ,
ਫਤਿਹ ਨੂੰ ਪੜਾ ਲਿਖਾ ਕੇ ਆਪਾਂ ਕੋਈ ਅਸਰ ਬਣਾ ਲਾਂਗੇ। ਪਰ ਕਿੱਥੇ ਮੇਰੀ ਗੱਲ ਮੰਨਦੇ ਨੇ? ਕੋਈ ਨਾ ਪੁੱਤ, ਐਵੇਂ ਨਹੀਂ ਸੋਚਿਆ ਕਰਦੇ। ਜਿਵੇਂ ਉਹ ਇੱਕ ਜਣੇ ਤਾਂ ਨੀਵਾਂ ਹੋਣਾ ਹੀ ਪੈਣਾ, ਜਾਂ ਤੈਨੂੰ ਜਾਣ ਮੈਨੂੰ ਨੀ ਪਤਾ, ਆਪੇ ਲਿਆਓ। ਲੱਖ ਨਿਰੰਜਨ, ਉਹ ਲਿਆ ਭਾਈ ਬੀਬਾ, ਪਾ ਕੁਝ ਸੰਤਾਂ ਨੂੰ। ਉਹ ਖੜ ਜਾ ਬਾਬਾ, ਅੰਦਰ ਤੱਕ ਹੀ ਤੁਰਿਆ ਉਹਨਾਂ ਤੂੰ। ਉਹ ਬੀਬਾ, ਮੰਦਾ ਬੋਲ ਨਹੀਂ ਬੋਲੀਦਾ ਬਾਬਿਆਂ ਨੂੰ, ਜੇ ਤੂੰ ਕਹੇ ਤੇਰੇ ਦਿਲ ਦਾ ਭੇਦ ਦੱਸ ਦਈਏ। ਉਹ ਬਾਬਾ, ਕਿਧਰੇ ਨੂੰ ਤੂੰ ਗੋਰਖਨਾਥ ਦਾ ਚੇਲਾ, ਤੇਰੇ ਫਿਰਦੇ ਤੇਰੇ ਅਰਗੇ। ਉਹ ਲਿਆ ਫਿਰ ਭਾਈ, ਪਾ ਬਾਬਿਆਂ ਨੂੰ ਦਾਣੇ, ਤੇਰੇ ਘਰ ਵਾਲਾ ਭਾਲਦਾ ਦੋ ਨਿਆਣੇ। ਬਾਬੇ ਨੂੰ ਤਾਂ ਸਾਰਾ ਕੁਛ ਅੰਤਰ ਜਾਣੀ ਆ, ਬਾਬਾ ਤਾਂ ਉਹੀ ਗੱਲ ਬੋਲਦਾ ਜਿਹੜੀ ਸਾਡੇ ਘਰੇ ਲੜਾਈ ਪੈ ਰਹੀ ਆ। ਜੈ ਹੋ। ਉਹ ਬੀਬਾ, ਸੰਤ ਕਰਨੀ ਵਾਲੇ ਨੇ। ਉਹ ਬਾਬਾ ਜੀ, ਆ ਬਥੇਰੇ ਸੰਤ ਆਏ ਨੇ ਕਰਨੀ ਵਾਲੇ ਤਾਂ, ਪਰ ਕਰਦੇ ਕੁਰਦੇ ਕੋਈ ਕੁਛ ਨਹੀਂ। ਉਹ ਬੀਬਾ, ਲਿਆ ਦਿਖਾ ਤੇਰੇ ਹੱਥਾਂ ਦੀਆਂ ਲਕੀਰਾਂ, ਸੰਤ ਤੇਰੀਆਂ ਬਦਲ ਦੇਣਗੇ ਤਕਦੀਰਾਂ, ਫਿਰ ਮੰਨੇਗੀ ਸੰਤਾਂ ਨੂੰ। ਹਾਂ ਬਾਬਾ ਜੀ, ਪਰ ਬਾਬਾ ਜੀ ਤੁਸੀਂ ਚਾਹੇ ਹੱਥ ਦੀਆਂ ਲਕੀਰਾਂ ਦੇਖੋ ਤੇ ਚਾਹੇ ਮੇਰੇ ਪੈਰ ਦੀਆਂ, ਪਰ ਅੱਜ ਤਕਦੀਰ ਬਦਲ ਦਿਓ। ਉਹ ਬੀਬਾ, ਸੰਤ ਬੜੀ ਕਰਾਮਾਤ ਦੇ ਭਰੇ ਹੋਏ ਨੇ। ਉਹ ਬਾਬਾ ਜੀ, ਤੁਸੀਂ ਜਿਹੜੀ ਵੀ ਕਰਾਮੂਤ ਦੇ ਭਰੇ ਹੋਏ ਹੋ ਨਾ, ਅੱਜ ਬਸ ਦਿਖਾ ਦਿਓ ਸਾਰੀ ਆਪਦੀ ਸ਼ਕਤੀ। ਉਹ ਬੀਬਾ, ਤੂੰ ਖੁੱਲ ਕੇ ਦੱਸ, ਤੂੰ ਚਾਹੁੰਦੀ ਕੀ ਹੈ? ਆ ਬਾਬਾ ਜੀ, ਆ ਸੋਹਣਾ ਸੁਨੱਖਾ ਸਾਡੇ ਇੱਕ ਮੁੰਡਾ ਹੈਗਾ ਹੈ, ਤੇ ਮੇਰੇ ਘਰ ਵਾਲਾ ਪਤਾ ਨਹੀਂ ਰੋਜ਼ ਰੋਜ਼ ਕਲੇਸ਼ ਕਰ ਲੈਂਦਾ, ਇੱਕ ਜਵਾਕ ਹੋਰ ਜੰਮਣਾ, ਇੱਕ ਜਵਾਕ ਹੋਰ ਜੰਮਣਾ। ਪਹਿਲਾਂ ਜਵਾਕ ਜੰਮਣੇ ਸੌਖੇ ਪਏ ਨੇ, ਹੈਂ, ਜਨਾਨੀ ਨੂੰ ਕਿੰਨਾ ਦਰਦ ਬਰਦਾਸ਼ਤ ਕਰਨਾ ਪੈਂਦਾ, 9 ਮਹੀਨੇ ਜਵਾਕ ਪੇਟ 'ਚ ਰੱਖ ਕੇ ਕਿੰਨਾ ਕੁਛ ਸਹਿਣਾ ਪੈਂਦਾ ਹੈ। ਇਹ ਤਾਂ ਹੈ ਬੀਬਾ। ਹਾਂ ਬਾਬਾ, ਮੇਰੀ ਇੱਕ ਮਿੰਟ ਗੱਲ ਸੁਣ, ਹੁਣ ਗਲ ਪਿਆ ਢੋਲ ਤਾਂ ਮੈਨੂੰ ਵਜਾਉਣਾ ਪੈਣਾ ਦੇਖ, ਪਰ ਮੈਂ ਇਹ ਚਾਹੁੰਦੀ ਹਾਂ ਵੀ ਜਵਾਕ ਮੇਰੇ ਹੋਵੇ ਅਤੇ ਦਰਦੇ ਦੇ ਪਿਓ ਦੇ ਹੋਵੇ, ਇਹਨੂੰ ਵੀ ਪਤਾ ਲੱਗੇ ਵੀ ਜਨਾਨੀਆਂ ਕਿੰਨਾ ਕੁਛ ਬਰਦਾਸ਼ਤ ਕਰਦੀਆਂ ਨੇ, ਕਿੰਨਾ ਕੁਛ ਸਹਿੰਦੀਆਂ ਨੇ। ਉਹ ਨਾ ਬੀਬਾ ਨਾ, ਸ੍ਰਿਸ਼ਟੀ ਹਿੱਲ ਜਾਣੀ ਹੈ, ਦੁਨੀਆ ਇੱਧਰ ਦੀ ਉੱਧਰ ਹੋ ਜੂ, ਪਰਦੇ ਖੁੱਲ ਜਾਣਗੇ ਬੀਬਾ, ਨਾ ਇਹੋ ਜਿਹਾ ਕੁਛ ਮੰਗ ਤੂੰ। ਉਹ ਬਾਬਾ ਮੇਰੀ ਗੱਲ ਸੁਣ, ਅੱਜ ਤੂੰ ਮੈਨੂੰ ਇਹੋ ਜਿਹਾ ਵਰਦਾਨ ਦੇ ਹੀ ਦੇ ਵੀ ਜਿਹੜਾ ਜਵਾਕ ਮੇਰੇ ਅਤੇ ਇਹਦੇ ਪਿਓ ਦੇ ਦਰਦ ਹੋਵੇ, ਮੈਂ ਤਾਂ ਮੰਨੂ ਤੈਨੂੰ। ਉਹ ਬੀਬਾ, ਤੂੰ ਇੱਕ ਵਾਰੀ ਸੋਚ ਲੈ। ਉਹ ਬਾਬਾ, ਸੋਚ ਲਿਆ ਮੈਂ ਬਸ। ਬੀਬਾ, ਸੰਤਾਂ ਦਾ ਕਿਹਾ ਆਲਾ ਨਹੀਂ ਜਾਂਦਾ, ਤੂੰ ਇੱਕ ਵਾਰੀ ਫੇਰ ਤੋਂ ਸੋਚ ਲੈ। ਬਾਬਾ, ਜੇ ਤਾਂ ਤੂੰ ਕਿਸੇ ਸ਼ਕਤੀ ਦਾ ਮਾਲਕ ਹੈਗਾ ਤਾਂ ਕੁਛ ਕਰ, ਨਹੀਂ ਤਾਂ ਨਾ ਡੰਡੀ ਪੈ ਚੱਲ। ਉਹ ਬੀਬਾ, ਫਿਰ ਤੂੰ ਨਹੀਂ ਟਲਦੀ? ਨਾ, ਮੈਂ ਨਹੀਂ ਟਲਦੀ ਬਾਬਾ, ਮੈਂ ਇਹ ਬੰਦੇ ਨੂੰ ਨਾ ਸਬਕ ਸਿਖਾ ਕੇ ਛੱਡਣਾ। ਬਾਬਾ, ਬਸ ਇਹੋ ਜਿਹਾ ਵਰਦਾਨ ਦੇ ਕਿ ਨਾ ਸੱਪ ਵਾਂਗੂ ਨਾ ਮੇਲਦਾ ਫਿਰੇ। ਲੈ ਫਿਰ ਬੀਬਾ, ਤੂੰ ਜਿਵੇਂ ਤੂੰ ਚਾਹੁੰਦੀ ਹੈ ਨਾ ਉਵੇਂ ਹੋ ਜਾਊਗਾ। ਸੱਚੀ ਬਾਬਾ ਜੀ? ਲਿਆ ਫਿਰ ਬਾਬਿਆਂ ਨੂੰ ਦਾਣੇ। ਠੀਕ ਆ ਬਾਬਾ ਜੀ, ਮੈਂ ਹੁਣੇ ਲੈ ਕੇ ਆਈ। ਆ ਲਓ ਬਾਬਾ ਜੀ। ਉਹ ਲਿਆਓ ਭਾਈ। ਲੈ ਬੀਬਾ, ਤੇਰਾ ਕੰਮ ਪੱਕਾ ਹੋ ਜਾਊਗਾ। ਠੀਕ ਆ ਬਾਬਾ ਜੀ। ਜੈ ਹੋ। ਲੈ ਵੀ ਇੰਦਰ ਸਿਆ, ਮੈਨੂੰ ਤਾਂ ਦੇ ਗਏ ਬਾਬਾ ਜੀ ਵਰਦਾਨ, ਤੇ ਹੁਣ ਤੂੰ ਤਿਆਰ ਹੋ ਜਾ ਸੱਪ ਵਾਂਗੂ ਮੇਲਣ ਨੂੰ। ਤੈਨੂੰ ਮੈਂ ਦੱਸੂ ਕਿ ਜਵਾਕ ਕਿਵੇਂ ਜੰਮਦੇ ਆ। ਜੈ ਸੰਤਾਂ ਦੀ। ਲਿਆ ਮੈਂ ਇੰਦਰ ਵਾਸਤੇ ਨਾ ਦਹੀਂ ਬਣਾ ਕੇ ਰੱਖਦਾ, ਫੇਰ ਰੌਲਾ ਪੈਣਾ। ਦਹੀਂ ਨੀ ਬਣਾ ਕੇ ਰੱਖੀ ਗਈ? ਮੰਮੀ,
मैं कि नहीं इन्हों विश्वास करती, तेन मेरा पता तो है, मैं तो यह साधु संतों से भोरा नहीं यकीन करती। ना पुतू रोज इन वारदात होंगे ना, इवीं ना करे बारिया कर ना ना भूख ने लिया। मम्मी मैं भी सब्जी का कर लिया, मैं सब्जी सुखी का कर दा। बेबे तू ही बहम करी जानी है, ਉਹ ਲਪੋਟ ਸੰਗ ਖੂਗਾ ਖਾ ਗਿਆ 2-2.5 ਸੌ ਰੁਪਏ ਲੁੱਟ ਕੇ ਤੂੰ, ਇਹ ਜਿਹਾ ਕੁਛ ਨਹੀਂ ਹੁੰਦਾ ਹੁੰਦਾਗਾ। ਵੀ ਕਾਹਨੂੰ ਪਹੁੰਚੇ ਹੋਏ ਸੰਤ ਸੀਗੇ, ਮੱਥਾ ਚਮਕਦਾ ਸੀ ਉਹਦਾ। ਉਹ ਤੂੰ ਨਾ ਬੇਬੇ ਰੋਟੀ ਖਾਣ ਦਿਆ ਕਰ ਮੈਨੂੰ, ਹਾਂ ਚੱਕ ਉਹਦੀ। ਕਾਹਨੂੰ ਕਾਹਨੂੰ ਸਮਝਦਾ ਹੈ ਤੂੰ, ਕਰ ਦਿੱਥੇ ਜਿਹੜੇ ਜਾਣੇ। ਹਾਂ ਓਏ ਕਿਵੇਂ ਮੂੰਹ ਜਿਹਾ ਲਟਕਾਈ ਬੈਠੇ ਆ। साध हुंदे ने मतलब की यार सच्चियों करनी कुरनी वाले हुंदे ने, असली हुंदे ने यार इह तक्तू हुंदे ने करनी वाले। ਉਹ ਸਾਦਾ ਪੱਲੇ ਭਰਾ ਕੁਛ ਨੀ, ਇਹ ਤਾਂ ਪਾ ਕੇ ਭਗਵਾ ਕੋਈ ਲੁੱਟੀ ਜਾਂਦੇ ਨੇ ਦੁਨੀਆਂ ਨੂੰ, ਕੁਛ ਨੀ ਹੁੰਦਾ ਇਹਨਾਂ ਨਾਲ, ਠੱਗ ਹੁੰਦੇ ਨੇ ਸਾਲੇ ਸਿਰੇ ਦੇ। ਆਹ ਗੱਲ ਆ ਯਾਰ ਸਾਰੀ, ਹੁਣ ਮਾਤਾ ਝੂਠ ਤਾਂ ਨੀ ਬੋਲੂਗੀ ਯਾਰ। ਯਾਰ ਮਾਤਾ ਤਾਂ ਝੂਠ ਕਾਹਨੂੰ ਬੋਲਦੀ ਆ, ਓਏ ਉਹ ਭਰਜਾਈ ਆ ਵਿਚਾਰੀ ਹੋਲੀ ਹੈਨਾ, ਓਏ ਉਹ ਤਾਂ ਉਹਨੂੰ ਮਾਰ ਕੇ ਫੈਂਟਰ ਸਾਧ ਲੈ ਗਿਆ ਹੋਊਗਾ ਪਸੇਰੀ ਆਟਾ, ਉਹ ਨਹੀਂ ਟੈਨਸ਼ਨ ਲੈਂਦੇ ਹੁੰਦੇ। ਗੱਲ ਤਾਂ ਤੂੰ ਸਹੀ ਕਹਿਣਾ ਯਾਰ। ਹੋਰ ਇੰਦਰਾ ਸਿਆਣੇ ਯਾਰ ਇੱਕ ਗੱਲ ਕਹਿੰਦੇ ਹੁੰਦੇ ਨੇ, ਕਹਿੰਦੇ ਸੱਪ ਤੇ ਸਾਹ ਦੇ ਕਈ ਵਾਰੀ ਅਸਲੀ ਵੀ ਟੱਕਰ ਜਾਂਦੇ ਨੇ। ਚੱਲ ਆਪਾਂ ਨੂੰ ਕੀ ਲੈਣਾ, ਆਪਾਂ ਤਾਂ ਰੇਹ ਪਾਈਏ, ਆ ਕੇ ਬਾਪੂ ਦੇਊ ਗਾਲਾਂ। ਬੈਠਾ ਕਰਦੀ ਨੀ ਉਸਾ ਨਾ ਕਰੀ ਪਟੋਲਿਆ, ਅੰਨਣ ਕਰਦੀ ਨੀ ਉਸਾ ਨਾ ਕਰੀ ਪਟੋਲਿਆ। ਉਹ ਕਿਵੇਂ ਆਪਤੀ ਜੀ? ਵਧੀਆ ਚਾਹੀਦਾ ਹੈ ਬਾਈ। ਇੱਕ ਪਊਆ ਤੇ ਸੌਂਫੀਏ ਦਾ ਕਿੰਨੇ ਦਾ? 70 ਦਾ ਜੀ। ਚਾਚੇ ਦਾ ਲੱਗਦਾ, ਪਹਿਲਾਂ 1-20 ਰੁਪਈਆ ਧਾਰੇ ਦੇ ਪਊਆ ਲੈਣਾ ਹੈਗਾ ਘੱਟ ਕੇ। ਆ ਲੈ ਬਾਈ ਦੇਈ ਕਰ ਇੱਕ। ਹਾਂ ਹੁਣ ਦੱਸ ਕੀ ਗੱਲ ਹੈ, ਆ ਜਾ ਨਾਲੇ ਪਊਆ ਲਾਉਣੇ ਨਾਲੇ ਗੱਲ ਕਰਦੇ ਉੱਥੇ ਬੈਠ ਕੇ। ਉਹ ਹੁਣ ਦੱਸ ਭਤੀਜ ਕਰ ਗੱਲ ਜਿਹੜੀ ਗੱਲ ਕਰਨ ਨੂੰ ਕਹਿੰਦਾ ਸੀਗਾ। ਚਾਚਾ ਮੈਂ ਤਾਂ ਤੁਹਾਨੂੰ ਐਂ ਪੁੱਛਦਾ ਸੀ, ਭਲਾ ਜਿਹੜੇ ਸਾਧ ਸੰਤ ਹੁੰਦੇ ਨੇ ਇਹ ਅਸਲੀ ਹੁੰਦੇ ਨੇ ਕਿ ਹੁੰਦੇ ਨਹੀਂ ਹੈਗੇ ਭਲਾ? ਦੇਖ ਭਤੀਜ ਗੱਲ ਇਹ ਹੈ, ਸਾਧ ਵੀ ਦੋ ਤਰ੍ਹਾਂ ਦੇ ਨੇ, ਇੱਕ ਤਾਂ ਤਪਸਵੀ ਸੰਨਿਆਸੀ ਹੁੰਦਾ, ਇੱਕ ਕੋਈ ਮਾਤੜ ਵਰਗਾ ਜੱਟ ਭਾਦੋਂ ਦੀ ਤੜਿੱਕੀ ਦਾ ਸਤਾਇਆ ਹੋਇਆ ਸਾਧ ਬਣ ਜਾਂਦਾ ਹੈਗਾ। ਹੁਣ ਤੂੰ ਦੱਸ ਕਿਹੜੇ ਸਾਧ ਦੀ ਗੱਲ ਕਰਦਾ? ਚਾਚਾ ਮੈਨੂੰ ਤਾਂ ਤੈਨੂੰ ਨਾ ਦੱਸਣ ਲੱਗੀ ਵੀ ਸੰਗ ਜੀ ਲੱਗਦੀ ਹੈ। ਨਹੀਂ ਸੰਗ ਵਾਲੀ ਤਾਂ ਕੀ ਗੱਲ ਹੈ, ਖੁੱਲ੍ਹ ਕੇ ਗੱਲ ਕਰ। ਚਾਚਾ ਗੱਲ ਐਵੇਂ ਹੈ ਕਿ ਮੈਂ ਕਹਿੰਦਾ ਸੀ ਤੇਰੀ ਨੂੰਹ ਨੂੰ ਵੀ ਇੱਕ ਜਵਾਕ ਜੇ ਹੋਰ ਹੋ ਜਾਂਦਾ ਵੀ ਆ, ਚੱਲ ਦੋ ਜਵਾਕਾਂ ਦੇ ਨਾ ਘਰੇ ਰੌਣਕ ਜੀ ਲੱਗੀ ਰਹਿੰਦੀ, ਇੱਕ ਦੂਜੇ ਦਾ ਜਵਾਕ ਦਾ ਜੀ ਲੱਗਿਆ ਰਹਿੰਦਾ, ਉਹ ਸਾਡੀ ਆਪਸ ਵਿੱਚ ਤੂੰ ਤੂੰ ਮੈਂ ਹੋ ਗਈ। ਮੈਂ ਜਵਾਕ ਹੋਰ ਜੰਮਣਾ ਨੀ, ਮੈਂ ਕਿਹਾ ਇੱਕ ਜਵਾਕ ਹੋਰ ਜੰਮਣਾ ਆਪਾਂ ਨੇ, ਤੇ ਮੇਰੀ ਮਾਂ ਦੱਸਦੀ ਦੀ ਗੱਲ, ਕਹਿੰਦੀ ਵੀ ਇਹ ਕਿਸੇ ਸਾਧ ਸੰਤ ਨੂੰ ਬਿਠਾਈ ਬੈਠੀ ਤੀ, ਉਹਨੇ ਵਰਦਾਨ ਦੇ ਗਿਆ ਸਾਧ ਕੋਈ ਇਹਨੂੰ ਕੀ ਵੀ ਜਵਾਕ ਭਾਈ ਤੂੰ ਜੰਮੀ ਤੇ ਦਰਦ ਜਵਾਕ ਦੇ ਪਿਓ ਦੇ ਹੋਊ। ਓ ਲੈ ਓ ਭਤੀਜ, ਇਹ ਕੁਦਰਤ ਦੇ ਨਿਯਮ ਤੋਂ ਉਲਟ ਗੱਲ ਹੈ, ਇਹ ਵਿਧੀ ਦਾ ਬੰਧਾਤ ਹੈ, ਐ ਕਿਵੇਂ ਹੋਜੂ ਇਹ? ਜੰਮਣ ਪੀੜਾ ਤਾਂ ਉਸੇ ਦੇ ਹੋਣਗੇ ਨਾ ਜਿਹਦੇ ਜਵਾਕ ਹੋਊ। ਆਹੀ ਗੱਲ ਤਾਂ ਮੈਂ ਸਮਝਾਈ ਜਾਂਦਾ। ਦੇਖ ਭਤੀਜ, ਅਸਲ ਤਾਂ 100 ਵਿਸਵੇ ਗੱਲ ਹੁੰਦੀ ਨੀਗੀ,
पर जे फिर भी किसी साध संत का कहा कहाया भाई सच हो गया फिर हुण तां होर प्रबंध बहुत ने गे डाक्टर ने हस्पताल ने टीका टला होर बहुत कुछ हैगा पर जे फिर भी कोई ऐसी गल होगी तो फिर मेरे वाला पऊगा हैगा आ चलिए उंगली ना बाड़ा फिक्र जा करया कर की हाल है दर्शन वधिया वो यार फूक निकली पई है यार टायर की निकली है भर दे मरी जी हालात लगता यार मैं तो टेंशन बहुत हो रही है यार भला यार एक गल दस यार ये साध सूद ही होंगे ने यह असली होंगे ने भला यार नशा पत्ता खत्म हो जाता चक के बगली तुर पे कौन कहता तेन असली होंगे नहीं होर बी घो दुध देखा अच्छा नगली तो कौन रेहा सपरेहा भी नगली आ देख ला भैन दे कल लिया दी पेंचर आई डबदा सड़क जाके फिर हो जाएगा ये भी नहीं असली है वो संत बाबे कि असली मिल जाएंगे तेन गल तो तेरी भी सही है यार दर्शन हाँ यार हवा जी पा दे मैं सलाम तक जा आना माड़ी जहाँ सौदा पत्ता जो लिया यार खीरा तेन सलाम तक जाता कर देना बड़ी गल इंदिरा एक ऐ भी होंगी है कहते जे सही गुरु का चेला चंडिया मिल जाए ये गल हो भी सकती है यार चल तू टेंशन ना लै तू हवा पा यार चल ठीक है ठीक है प्रॉब्लम बाकी ना मेरे क्यों होगा दर्द तो तेरे होगा चलो पुत चलो दर्द मेरे पाथरी का दर्द होया बहुत चंगा कढ़ाती मेनू दब नहीं डॉक्टर साहब ने बुलाया
ਬਾਈ ਮੈਨੂੰ ਦੱਬ ਕੇ ਰੱਖੀ ਓਏ ਬਾਈ ਟੈਨਸ਼ਨ ਨਾ ਲੈ ਦੱਬ ਲੈ ਬਾਈ ਬਣ ਕੇ ਦਰਦ ਬਹੂਗਾ ਮੈਨੂੰ ਮੈਂ ਤੇਰੇ ਨਾਲ ਓਏ ਟੈਨਸ਼ਨ ਨਾ ਲੈ ਨੰਮੇ ਤੇਰੀ ਭਾਬੀ ਨੂੰ ਲੈ ਗਿਆ ਬਾਈ ਦੱਬ ਕੇ ਰੱਖੀ ਓਏ ਬਹੁਤ ਦਰਦ ਹੋ ਸੌਣ ਲੱਗੇ ਘਬਰਾ ਨਾ ਬਾਈ ਤੇਰੇ ਨਾਲ ਆ ਮੈਂ ਕੋਈ ਨਾ ਨਾਲ ਵਾਲੀ ਗੱਲ ਛੱਡ ਤੂੰ ਟਿੱਕੇ ਟੁਕੇ ਪਵਾ ਦੇਗੀ ਪਾਏ ਨਹੀਂ ਸਾਰਾ ਕੁਝ ਕਰਾਤਾ ਯਾਰ ਟੈਨਸ਼ਨ ਨਾ ਲੈ ਨਾ ਘਬਰਾ ਤੂੰ ਕੋਈ ਗੱਲ ਨੰਮੇ ਦੱਬ ਲੈ ਮੈਨੂੰ ਓਏ ਉਹ ਮਹਾ ਬਾਈ ਦੱਬ ਰੱਖਿਆਗਾ ਮੇਰੇ ਦਰਦ ਹੋਏ ਸੀ ਪਾਥਰੀ ਦਾ ਮੈਨੂੰ ਪਤਾ ਹੈ ਮੇਰੀ ਚਾਂਗ ਨਿਕਲ ਗਈ ਸੀ ਟੈਨਸ਼ਨ ਨਾ ਲੈ ਰਿਲੈਕਸ ਹੋ ਜਾ ਕੋਈ ਦੱਬ ਕੇ ਰੱਖੀ ਮੈਨੂੰ ਹੁਣ ਪੈ ਨਾ ਮੇਰੀ ਕੂਕ ਪੈਣ ਵਾਲੀ ਆ ਹੁਣ ਉਹ ਬਾਈ ਤੇਰੇ ਨਾਲ ਆ ਮੈਂ ਕਿਹਦੇ ਨਹੀਂ ਪੈਂਦੀ ਕੂਕ ਆਂਟੀ ਜੀ ਵਧਾਈਆਂ ਤੁਹਾਡੇ ਪੋਤਾ ਹੋਇਆਗਾ ਤੇ ਨਾਲੇ ਸਾਡੀ ਸਾਡੀ ਪਾਰਟੀ ਨਾ ਭੁੱਲ ਜੀ ਬਹੁਤ ਸ਼ੁਕਰ ਹੈ ਕੋਈ ਨਾ ਸਾਨੂੰ ਪਾਰਟੀ ਦੇ ਕੇ ਜਾਵਾਂਗੇ ਠੀਕ ਹੈ ਮੇਰੇ ਨੂੰਹ ਨੂੰ ਛੁੱਟੀ ਕਦੋਂ ਮਿਲ ਜੂਗੀ ਪੁੱਤ ਘੰਟੇ ਤੱਕ ਦੇ ਦਾਂਗੇ ਆਂਟੀ ਅੱਛਾ ਪੁੱਤ ਠੀਕ ਹੈ ਮੈਂ ਫਿਰ ਤੁਹਾਨੂੰ ਦੱਸਦੀ ਹਾਂ ਪੁੱਤ ਵਧਾਈਆਂ ਤੈਨੂੰ ਆਪਣੀ ਤਾਂ ਹਰਦੀਪ ਦੇ ਮੁੰਡਾ ਹੋ ਗਿਆ ਮੈਂ ਤਾਂ ਦੋ ਪੋਤਿਆਂ ਦੀ ਦਾਦੀ ਬਣ ਗਈ ਮੈਥੋਂ ਤਾਂ ਖੁਸ਼ੀ ਨਹੀਂ ਚੱਕੀ ਜਾਂਦੀ ਹੈਗੀ ਇੰਨੀ ਜ਼ਿਆਦਾ ਖੁਸ਼ੀ ਹੋ ਗਈ ਮੈਨੂੰ ਤਾਂ ਮੇਰੇ ਤਾਂ ਹੁਣ ਧਰਤੀ ਪੱਬ ਨਹੀਂ ਲੱਗਦਾ ਲਪੋਟ ਸੰਕ ਕਹਿੰਦਾ ਵੀ ਦਰਦ ਤੇਰੇ ਹੋਊ ਫਲਾਣਾ ਹੋਊ ਧਮਕਾਊ ਮੈਂ ਤਾਂ ਪਹਿਲੇ ਕਹਿੰਦਾ ਸੀ ਸਾਰਾ ਸੂਤਾ ਕੋਲ ਕੁਛ ਨੀ ਹੈਗਾ ਇਹ ਊਈ ਡਰਾਈ ਸੀ ਬੁੜੀ ਸਾਡੇ ਲਈ ਦੇਖੇ ਦੇਖੇ ਹੌਲੀ ਚੱਲੀ ਨਿੰਮੇ ਕਮਾਲ ਹੋ ਗਈ ਹੈ ਨਾ ਊਂ ਤਾਂ ਬਾਈ ਮੈਂ ਤੈਨੂੰ ਪਹਿਲੀ ਕਿਹਾ ਸੀ ਕਿ ਬਾਬਾ ਬੁੱਢਾ ਕੋਲ ਕੁਛ ਨਹੀਂ ਹੁੰਦਾ ਸਾਰੇ ਰਿਪੋਰਟ ਸੰਗ ਕੇ ਆਉਂਦੇ ਨੇ ਉਹ ਨਾ ਦਰਦ ਹਰੀਦੀਪ ਤੇ ਹੋਇਆ ਨਾ ਦਰਦ ਮੇਰੇ ਹੋਇਆ ਯਾਰ ਸਾਲਾ ਊਂ ਹੀ ਭੈਣ ਸਾਧ ਨੇ ਚੱਕਰਾਂ 'ਚ ਪਾਰ ਕੇ ਦੇ ਹੋਰ ਬਾਈ ਉਹ ਇਹਨੂੰ ਕੀ ਹੋ ਰਿਹਾ ਓਏ ਉਹ ਇਹਦਾ ਕਾਹਨੂੰ ਪੁੱਛਦਾ ਯਾਰ ਉਹ ਇਹਨੇ ਤਾਂ ਮੈਨੂੰ 12 ਵਜੇ ਦਾ ਪਾਣੀ ਪਾ ਰੱਖਿਆ ਇਹ ਤਾਂ ਦਰਦ ਹੀ ਨਹੀਂ ਹਟਦਾ ਯਾਰ ਨਾਗ ਵਾਂਗੂ ਮਿਲ ਹੀ ਜਾਂਦਾ ਦੋ ਟੀਕੇ ਦਾ ਡਾਕਟਰ ਲਾ ਗਿਆ ਕਹਿੰਦਾ ਮੇਰੀ ਸਮਝ ਤੋਂ ਬਾਹਰ ਆ ਬਾਈ ਆਪ ਤਾਂ ਕਹਿੰਦਾ ਸਾਹਮੋ ਨੂੰ ਮੈਂ ਤਾਂ ਦੱਬ ਦੱਬ ਕੇ ਜ਼ੋਰ ਲਾ ਲਿਆ ਮੈਂ ਤਾਂ ਕੰਜਰ ਤੇਰੇ ਬੱਖੀਆਂ ਇਕੱਠੀਆਂ ਕਰਤੀਆਂ ਯਾਰ ਘੱਟੇ ਖੁਰਚਾ ਵਾ ਖਾ ਲਾ ਓਏ ਲੱਡੂ ਖਾ ਲਾ ਢਿੱਡ 'ਚ ਦਰਦ ਜਿਹਾ ਹੋਈ ਜਾਂਦਾ ਇੱਥੇ ਭਰਿਆ ਭਰਿਆ ਜਿਹਾ ਲੱਗਦਾ ਢਿੱਡ ਭਰਿਆ ਭਰਿਆ ਲੱਗੀ ਜਾਂਦਾ ਢਿੱਡ ਰਾਤ ਐਂ ਲੱਗੇ ਪਏ ਪਏ ਦੇ ਜਿਵੇਂ ਕੋਈ ਢਿੱਡ 'ਚ ਲੱਤਾਂ ਮਾਰਦਾ ਹੋਵੇ ਦੇਖੀ ਕਦੇ ਕੰਜਰਾ ਪੂਰੀ ਨਾ ਸਿਆਪਾ ਖੜਾ ਕਰ ਲਈ ਉਹ ਬਾਈ ਤੂੰ ਤਾਂ ਮਜ਼ਾਕ ਕਰਨ ਲੱਗ ਗਿਆ ਮੈਨੂੰ ਹੁਣ ਪਤਾ ਲੱਗਿਆ ਮੇਰੇ ਸਰਦੇ ਕਿਵੇਂ ਨੂੰ ਮਖਣਿਆ ਪਾਪਾ ਦਿੰਦੀ ਸੀ ਪ੍ਰਾਹੁਣੇ ਨੂੰ